ਕਈ ਸਟੂਡੈਂਟ ਤਾਂ ਕਹਿੰਦੇ ਨੇ ਕਿ ਸਰ ਤੁਸੀਂ ਸਾਡੇ ਇੱਕ ਇੱਕ ਸਵਾਲ ਦਾ ਜਵਾਬ ਪਾ ਰਹੇ ਹੋ ਜਿਹੜਾ ਸਵਾਲ ਮੈਨੂੰ ਇੰਪੋਰਟੈਂਟ ਲੱਗਦਾ ਹੈ ਔਰ ਜਿਸ ਕਰਕੇ ਤੁਹਾਡੇ ਥੋੜਾ ਜਿਹਾ ਦੁੱਖ ਜਾਂ ਪੇਨ ਜਾਂ ਅਣਿੰਦਾ ਰਹਿੰਦਾ ਹੈ ਉਹਦਾ ਜਵਾਬ ਪਾ ਦੇਣਾ ਹੈ ਇਹ ਸਾਰਿਆਂ ਨੂੰ ਪਤਾ ਹੋਏਗਾ ਸਿਰਫ ਉਸ ਵਿਦਿਆਰਥੀ ਜਿਹਨੂੰ ਨਹੀਂ ਪਤਾ ਕੱਟ ਆਫ ਕੀ ਹੁੰਦੀ ਹੈ ਕੱਟ ਆਫ ਇੱਕ ਪੁਆਇੰਟ ਹੈ ਜਿਸ ਤੋਂ ਅਗਲੇ ਵਾਲੇ ਵਿਦਿਆਰਥੀਆਂ ਨੂੰ ਸੀਟ ਮਿਲ ਜਾਂਦੀ ਹੈ ਜਿਸ ਤੋਂ ਪਿਛਲੇ ਵਾਲੇ ਵਿਦਿਆਰਥੀਆਂ ਨੂੰ ਸੀਟ ਨਹੀਂ ਮਿਲਦੀ ਸੋ ਇਸ ਦੀ ਇੱਕ ਛੋਟੀ ਜੀ ਐਗਜ਼ਾਮਪਲ ਲੈ ਕੇ ਚੱਲਦੇ ਹਾਂ ਵੈਸੇ ਇਸ ਨੂੰ ਵੀ ਇੱਥੇ ਵੀ ਦੇਖਿਆ ਜਾ ਸਕਦਾ ਹੈ ਇਸ ਨੂੰ ਮੈਂ ਰੱਬ ਕਰ ਦਿੰਦਾ ਹਾਂ ਇਹਨੂੰ ਲੈ ਕੇ ਇਹ ਲਓ ਰੱਬ ਹੋ ਗਿਆ ਸੋ ਇਹ ਮੰਨ ਲਓ ਕਿ ਕੈਟਾਗਰੀ ਹੈ ਇੱਥੇ ਜਨਰਲ ਮੈਂ ਲਿਖਿਆ ਹੈ ਐਸਟੀ ਸਬਜੈਕਟ ਹੈ ਔਰ ਕੋਟਾ ਹੈ ਸੋ ਇਹ ਤਿੰਨ ਚੀਜ਼ਾਂ ਹਰ ਹਾਲਤ ਵਿੱਚ ਜ਼ਰੂਰ ਹੋਣਗੀਆਂ ਔਰ ਮੰਨ ਲਓ ਇਸ ਦੀ ਲਾਸਟ ਸੀਟ ਜਿਹੜੀ ਹੈ ਕੱਟ ਆਫ ਦਾ ਕੀ ਮਤਲਬ ਬਣਿਆ ਜੇ ਇੰਨਾ ਹੀ ਹੈ ਇੱਥੇ ਵੀਡੀਓ ਬੰਦ ਕਰ ਦਿਓ ਲਾਸਟ ਸੀਟ ਜਿਹੜੀ ਮਿਲੀ ਹੈ ਉਸ ਬੱਚੇ ਦੇ ਮਾਰਕਸ ਕਿੰਨੇ ਨੇ ਉਸ ਨੂੰ ਕੱਟ ਆਫ ਕਹਿੰਦੇ ਨੇ ਫੋਰ ਐਗਜ਼ਾਮਪਲ ਕੈਟਾਗਰੀ ਜਨਰਲ ਸਬਜੈਕਟ ਐਸਐਸਟੀ ਔਰ 85% ਕੋਟਾ ਕਾਲਜ ਵੀ ਨਾਲ ਆਏਗਾ ਕਾਲਜ ਫੋਰ ਐਗਜ਼ਾਮਪਲ ਗਵਰਨਮੈਂਟ ਕਾਲਜ ਆਫ ਐਜੂਕੇਸ਼ਨ ਜਲੰਧਰ ਮੰਨ ਲਓ ਇੱਥੇ ਮੈਂ ਲਿਖ ਦਿੱਤਾ ਗਵਰਨਮੈਂਟ ਕਾਲਜ ਆਫ ਐਜੂਕੇਸ਼ਨ ਜਲੰਧਰ ਓਕੇ ਸੋ ਇਹ ਜਿਹੜਾ ਹੈ ਜਲੰਧਰ ਵਾਲਾ ਕਾਲਜ ਇੱਥੇ ਮੰਨ ਲਓ ਐਸਐਸਟੀ ਦੀ 120 ਲਾਸਟ ਗਈ ਹੈ ਵੈਸੇ 20 ਜ਼ਿਆਦਾ ਹੋ ਗਿਆ ਚਲੋ 120 ਲਾਸਟ ਗਈ ਹੈ ਨਾ 110 ਕਰ ਦਿੰਦੇ ਹਾਂ 110 ਲਾਸਟ ਗਈ ਹੈ ਇਟ ਮੀਨਸ ਜੇ ਇੱਥੇ 7 ਬੱਚੇ ਅਲੋਟ ਹੋਏ ਨੇ ਤੇ ਉਹ 110 ਤੋਂ ਉੱਪਰ ਵਾਲੇ ਨੇ 110 ਉਹ 111 ਵੀ ਹੋ ਸਕਦਾ ਹੈ 111 ਵਾਲੇ ਜ਼ਿਆਦਾ ਵੀ ਹੋ ਸਕਦੇ ਨੇ 112 ਵੀ ਹੋ ਸਕਦਾ ਹੈ 113 14 15 ਇਹ ਹੋ ਸਕਦੇ ਨੇ ਲਾਸਟ ਬੱਚਾ ਜਿਹੜਾ ਸੀ ਉਹ 100 ਇੱਥੇ ਦੁਬਾਰਾ ਲਿਖ ਦਿੰਦਾ ਹਾਂ 110 ਵਾਲਾ ਹੈ ਸੋ ਇਸ ਪੁਆਇੰਟ ਨੂੰ ਕਹਿੰਦੇ ਨੇ ਕੱਟ ਆਫ ਠੀਕ ਹੈ ਸੋ ਕੱਟ ਆਫ ਹਰ ਕਾਲਜ ਕੈਟਾਗਰੀ ਸਬਜੈਕਟ ਤੇ ਕੋਟੇ ਦੀ ਵੱਖਰੀ ਹੋਏਗੀ ਫੋਰ ਐਗਜ਼ਾਮਪਲ ਇੱਥੇ ਮੈਂ ਕੈਟਾਗਰੀ ਕੱਟ ਕੇ ਜੇ ਲਿਖ ਦਿੰਦਾ ਹਾਂ ਮੰਨ ਲਓ ਮੈਂ ਕੈਟਾਗਰੀ ਕੱਟ ਕੇ ਜਨਰਲ ਦੀ ਬਜਾਏ ਐਸ ਸੀ ਲਿਖ ਦਿੱਤੀ ਹੈ ਨਾ ਬਾਕੀ ਸਭ ਕੁਝ ਸੇਮ ਰਹਿੰਦਾ ਹੈ 85% ਹੀ ਹੈ ਅਤੇ ਉੱਥੇ ਇਹ ਜਿਹੜੀ ਇਹ ਕੱਟ ਆਫ ਹੈ ਫੋਰ ਐਗਜ਼ਾਮਪਲ ਇਹ ਵਾਲੀ ਕੱਟ ਆਫ ਉੱਥੇ ਬਦਲ ਜਾਏਗੀ ਉਹ ਐਸ ਸੀ ਡੀ ਦੇ ਇੱਥੇ 110 ਗਈ ਸੀ ਇੱਥੇ ਉਹ ਹੋ ਸਕਦਾ ਹੈ ਕਿ ਉਹ 72 ਰਹਿ ਜਾਏ ਹੈ ਨਾ 80 ਰਹਿ ਜਾਏ 90 ਰਹਿ ਜਾਏ ਸੋ ਇਹਨਾਂ ਦੇ ਮੁਤਾਬਕ ਕੱਟ ਆਫ ਦੀ ਡੈਫੀਨੇਸ਼ਨ ਬਦਲ ਜਾਂਦੀ ਹੈ ਇੱਥੇ ਕੈਟਾਗਰੀ OBC ਆ ਗਈ ਹੈ ਨਾ OBC ਸੋ ਉਹਨਾਂ ਦੀ ਕੱਟ ਆਫ ਬਦਲ ਕੇ ਮੰਨ ਲਓ ਅੰਦਾਜ਼ਾ ਦੱਸ ਰਿਹਾ ਮੈਂ ਉਹਨਾਂ ਦੀ ਥੋੜ੍ਹੀ ਮਿਡ ਜ ਹੁੰਦੀ ਹੈ SC ਦੀ ਜ਼ਿਆਦਾ ਡਾਊਨ ਜਾਂਦੀ ਹੈ ਉਹਨਾਂ ਦੀ ਹੋ ਸਕਦਾ ਹੈ ਕਿ ਇੰਨੀ ਰਹਿ ਜਾਏ ਸੋ ਇਹ ਪੁਆਇੰਟ 'ਤੇ ਲਾਸਟ ਬੱਚਾ ਜਿਹੜਾ ਹੈ ਉਸ ਕਾਲਜ ਵਿੱਚ ਸੀਟ ਫਿਲ ਹੋਈ ਹੈ ਉਸ ਕੈਟਾਗਰੀ ਵਿੱਚ ਸਬਜੈਕਟ ਵਿੱਚ ਔਰ ਕੋਟੇ ਵਿੱਚ ਹੈ ਨਾ ਇਸੇ ਤਰ੍ਹਾਂ ਸਬਜੈਕਟ ਬਦਲ ਜਾਏ ਹੈ SST ਦੀ ਜਗ੍ਹਾ 'ਤੇ ਮੈਂ ਇੱਥੇ ਕਰਤਾ ਸਾਇੰਸ ਹੈ ਨਾ ਸਾਇੰਸ ਵਿੱਚ ਹੁਣ ਕੈਟਾਗਰੀ ਕਿਹੜੀ ਲਈ ਹੈ ਚਲੋ ਮੈਂ ਜਨਰਲ ਕੈਟਾਗਰੀ ਲੈ ਲਈ ਜਨਰਲ ਕੈਟਾਗਰੀ ਦਾ ਸਾਇੰਸ ਦਾ ਬੱਚਾ ਹੈ ਔਰ ਉਸ ਦੀ ਮੰਨ ਲਓ ਗਈ ਹੈ ਲਾਸਟ ਹੀ 100 ਗਵਰਨਮੈਂਟ ਕਾਲਜ ਆਫ ਐਜੂਕੇਸ਼ਨ ਜਲੰਧਰ ਗਵਰਨਮੈਂਟ ਕਾਲਜ ਵੀ ਰਹਿਣਾ ਹੈ ਉੱਥੇ ਮੰਨ ਲਓ ਗਈ ਹੈ 120 ਹੈ ਨਾ ਸੋ ਦੇਖੋ ਤੁਸੀਂ ਗਵਰਨਮੈਂਟ ਕਾਲਜ ਵਿੱਚ ਸਾਇੰਸ ਦੀ ਮੈਰਿਟ ਸਾਇੰਸ ਵਾਲਿਆਂ ਦੀ ਮੈਰਿਟ ਹਾਈ ਹੀ ਗਈ ਹੈ ਸੋ ਇਹ ਚਾਰ ਚੀਜ਼ਾਂ ਯਾਦ ਰੱਖਣੀਆਂ ਹਨ ਕੱਟ ਆਫ ਜਦੋਂ ਤੁਸੀਂ ਦੇਖਣੀ ਹੈ ਔਰ ਮੀਨਿੰਗ ਉਸਦਾ ਸਿੰਪਲ ਹੈ ਕਿ ਲਾਸਟ ਸੀਟ ਇਨ ਸਪੈਸੀਫਿਕ ਕੈਟਾਗਰੀ ਸਬਜੈਕਟ ਕੋਟਾ ਐਂਡ ਕਾਲਜ ਦੈਟਸ ਆਲ ਖਿਆਲ ਰੱਖਣਾ